हेलो डियर स्टूडेंट्स, आई सुखजीत सिंह, लेक्चरर ऑफ ऑटोमोबाइल डिपार्टमेंट, मेहर चंद पॉलिटेक्निक कॉलेज। टुडे विल स्टार्ट आवर फर्स्ट चैप्टर ऑफ ऑटो इलेक्ट्रिकल एंड इलेक्ट्रॉनिक इक्विपमेंट्स। स्टार्ट करन तो पहला मैं तुहाडे नाल मिशन फतेह बारे कुछ इन्फॉर्मेशन शेयर करनी चाहना। मिशन फतेह साडे माणयोग मुख्यमंत्री कैप्टन अमरिंदर सिंह जी ने लॉन्च किया है COVID-19 महामारी नूं डिफीट करन दे लई। ਸੋ ਆਓ ਆਪਾਂ ਸਾਰੇ ਇਸ ਮਿਸ਼ਨ ਦਾ ਹਿੱਸਾ ਬਣੀਏ। ਸੋ ਮਿਸ਼ਨ ਫਤਿਹ ਦੇ ਨਾਲ ਜੁੜਨ ਲਈ ਤੁਸੀਂ ਸਾਰੇ ਜਾਣੇ ਇੱਕ ਐਪ ਇੰਸਟਾਲ ਕਰੋ ਆਪਣੇ ਮੋਬਾਈਲ 'ਤੇ, ਜਿਸ ਦਾ ਨਾਮ ਹੈ ਕੋਵਾ ਐਪ। ਇਸ ਦਾ ਡਾਊਨਲੋਡ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ, ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਸੋ ਇਹ ਐਪ ਕੀ ਕਰਦੀ ਹੈ, ਤੁਹਾਨੂੰ ਐਗਜ਼ੈਕਟ ਇਨਫੋਰਮੇਸ਼ਨ ਪ੍ਰੋਵਾਈਡ ਕਰਾਉਂਦੀ ਹੈ ਕਿ ਤੁਹਾਡੇ ਆਸ ਪਾਸ ਅਗਰ ਕੋਈ ਕਰੋਨਾ ਪੇਸ਼ੈਂਟ ਪੋਜ਼ਿਟਿਵ ਪੇਸ਼ੈਂਟ ਹੈ, ਉਸਦੀ ਇਨਫੋਰਮੇਸ਼ਨ, ਉਸਦੀ ਲੋਕੇਸ਼ਨ, ਨੇਮ, ਸਾਰਾ ਕੁਛ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਤਾਂ ਜੋ ਕਿ ਤੁਸੀਂ ਉਸ ਲੋਕੇਸ਼ਨ 'ਤੇ ਜਾਣ ਤੋਂ ਬਚ ਸਕੋ। ਇਸ ਦੇ ਨਾਲ ਨਾਲ ਇਹ ਐਪ ਤੁਹਾਡਾ ਪਰਸਨਲ ਹੈਲਥ ਮੋਨੀਟਰਿੰਗ ਐਪ ਵੀ ਹੈ, ਤੁਹਾਡੀ ਹੈਲਥ ਦਾ ਚੈੱਕਅਪ ਵੀ ਕਰਦੀ ਹੈ ਅਤੇ ਤੁਹਾਨੂੰ ਸੁਜੈਸ਼ਨਸ ਦਿੰਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਇਸ ਕਰੋਨਾ ਵਾਇਰਸ ਤੋਂ ਬਚ ਸਕਦੇ ਹੋ। ਸਾਰਿਆਂ ਨੇ ਯਾਦ ਰੱਖਣਾ ਹੈ ਕਿ ਆਪਣੇ ਹੈਂਡ ਵਾਸ਼ ਵਾਰ ਵਾਰ ਕਰਨੇ ਨੇ, ਹਮੇਸ਼ਾ ਪਬਲਿਕ ਪਲੇਸਿਸ 'ਤੇ ਮਾਸਕ ਵੇਅਰ ਕਰਨਾ ਹੈ, ਅਗਰ ਜ਼ਰੂਰੀ ਨਾ ਹੋਵੇ ਤਾਂ ਹਮੇਸ਼ਾ ਘਰ ਦੇ ਵਿੱਚ ਹੀ ਰਹਿਣਾ ਹੈ, ਅਤੇ ਅਗਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਕਿਸੇ ਹੋਰ ਪਰਸਨ ਤੋਂ ਘੱਟ 2 ਮੀਟਰ ਦੀ ਦੂਰੀ ਜਾਂ 6 ਫੁੱਟ ਦੀ ਦੂਰੀ ਬਣਾਈ ਰੱਖਣੀ ਹੈ। ਇਸ ਤੋਂ ਇਲਾਵਾ ਅਗਰ ਕਿਸੇ ਨੂੰ ਵੀ ਫੀਵਰ, ਕਫ, ਬਰੀਥਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਜਾਂ ਤੁਹਾਡੇ ਕਿਸੇ ਨੋਨ ਨੂੰ, ਤਾਂ ਜਲਦੀ ਤੋਂ ਜਲਦੀ ਹੈਲਥ ਡਿਪਾਰਟਮੈਂਟ ਨੂੰ ਇਨਫੋਰਮ ਕਰਨਾ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸੋ ਸਾਡਾ ਫਸਟ ਚੈਪਟਰ ਹੈ ਇੰਟਰੋਡਕਸ਼ਨ ਆਫ ਆਟੋ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇਕਿਪਮੈਂਟਸ। ਟੋਟਲ ਸਾਡੇ ਸਬਜੈਕਟ ਦੇ 8 ਚੈਪਟਰਸ ਹਨ, ਜਿਨ੍ਹਾਂ ਦੇ ਵਿੱਚ ਫਸਟ ਚੈਪਟਰ ਹੈ ਇੰਟਰੋਡਕਸ਼ਨ, ਸੈਕਿੰਡ ਚੈਪਟਰ ਹੈ ਬੈਟਰੀਜ਼, ਥਰਡ ਚੈਪਟਰ ਹੈ ਚਾਰਜਿੰਗ ਸਿਸਟਮ, ਫੋਰਥ ਚੈਪਟਰ ਹੈ ਸਟਾਰਟਿੰਗ ਸਿਸਟਮ, ਫਿਫਥ ਲਾਈਟਨਿੰਗ ਸਿਸਟਮ, ਇਲੈਕਟ੍ਰੀਕਲ ਅਸੈਸਰੀਜ਼, ਐਂਡ ਲਾਸਟ ਚੈਪਟਰ ਹੈ ਇਲੈਕਟ੍ਰੋਨਿਕ ਡਿਵਾਈਸਿਸ ਇਨ ਐਨ ਆਟੋਮੋਬਾਈਲ ਇੰਜੀਨੀਅਰਿੰਗ। ਸੋ ਇਸ ਸਬਜੈਕਟ ਦੇ ਵਿੱਚ ਆਪਾਂ ਰੀਡ ਕਰਾਂਗੇ ਕਿਹੜੇ ਕਿਹੜੇ ਡਿਫਰੈਂਟ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇਕਿਪਮੈਂਟਸ ਨੇ ਜੋ ਇੱਕ ਵਹੀਕਲ ਦੇ ਵਿੱਚ ਯੂਜ਼ ਹੁੰਦੇ ਹਨ, ਉਹਨਾਂ ਦੇ ਕੀ ਫੰਕਸ਼ਨ ਹਨ, ਅਗਰ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਆਪਾਂ ਉਹਨੂੰ ਕਿਸ ਤਰ੍ਹਾਂ ਰੈਕਟੀਫਾਈ ਕਰਨਾ ਹੈ, ਇਹ ਸਾਰਾ ਕੁਝ ਇਸ ਸਬਜੈਕਟ ਦੇ ਵਿੱਚ ਆਪਾਂ ਰੀਡ ਕਰਾਂਗੇ। ਇਲੈਕਟ੍ਰਿਸਿਟੀ ਪਲੇ ਐਨ ਇੰਪੋਰਟੈਂਟ ਰੋਲ ਇਨ ਆਟੋਮੋਬਾਈਲ। ਏ ਕਾਰ ਮੇ ਬੀ ਥੋਟ ਆਫ ਐਜ਼ ਏ ਲਾਰਜ ਇਲੈਕਟ੍ਰੀਕਲ ਸਿਸਟਮ ਔਨ ਵੀਲਸ ਬਿਕੋਜ਼ ਲੋਟ ਆਫ ਇਲੈਕਟ੍ਰਿਸਿਟੀ ਇਜ਼ ਰਿਕੁਆਇਰਡ ਫੋਰ ਸਟਾਰਟਿੰਗ ਐਂਡ ਰਨਿੰਗ ਆਫ ਵਹੀਕਲ। ਸੋ ਇਲੈਕਟ੍ਰਿਸਿਟੀ, ਇਲੈਕਟ੍ਰੀਕਲ ਐਨਰਜੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਾਰ ਨੂੰ ਰਨ ਕਰਨ ਦੇ ਲਈ, ਸਟਾਰਟ ਕਰਨ ਦੇ ਲਈ। ਸੋ ਇਸ ਤੋਂ ਬਿਨਾਂ ਆਪਾਂ ਇੱਕ ਵਹੀਕਲ ਨੂੰ ਸੋਚ ਵੀ ਨਹੀਂ ਸਕਦੇ। ਸੋ ਇੱਕ ਮੇਜਰ ਪਾਰਟ ਹੈ ਇਲੈਕਟ੍ਰੀਕਲ ਪਾਵਰ ਜੋ ਇੱਕ ਵਹੀਕਲ ਨੂੰ ਸਟਾਰਟ ਤੋਂ ਲੈ ਕੇ ਰਨ ਕਰਨ ਦੇ ਵਿੱਚ ਹੈਲਪ ਕਰਦੀ ਹੈ। ਸੋ ਕਿਹੜੀਆਂ ਕਿਹੜੀਆਂ ਮੇਨ ਜੋਬਸ ਨੇ ਆਟੋਮੋਬਾਈਲ ਦੇ ਵਿੱਚ ਜਿਹੜੀਆਂ ਫੈਸਿਲਿਟੇਟ ਬਾਏ ਇਲੈਕਟ੍ਰੀਸਿਟੀ ਹਨ, ਯਾਨੀ ਕਿ ਇਲੈਕਟ੍ਰੀਸਿਟੀ ਦੀ ਰਿਕੁਆਇਰਮੈਂਟ ਕਿੱਥੇ ਕਿੱਥੇ ਹੈ ਸਾਨੂੰ? ਸਭ ਤੋਂ ਫਸਟ ਪੁਆਇੰਟ ਹੈ ਸਟਾਰਟਿੰਗ ਆਫ ਇੰਜਨ। ਸਭ ਤੋਂ ਮੇਨ ਪੁਆਇੰਟ ਹੀ ਇਹ ਹੈ ਕਿ ਸਾਨੂੰ ਇੰਜਨ ਸਟਾਰਟ ਕਰਨ ਦੇ ਲਈ ਇਲੈਕਟ੍ਰਿਕ ਪਾਵਰ ਦੀ ਲੋੜ ਹੈ। ਸੈਕਿੰਡ ਹੈ ਫਿਊਲ ਇਗਨੀਸ਼ਨ ਥਰੂ ਸਪਾਰਕ ਪਲੱਗ। ਥਰਡ, ਵੇਰੀਅਸ ਲਾਈਟ ਐਂਡ ਇੰਡੀਕੇਟਰਸ। ਜਿੰਨੀ ਵੀ ਕਾਰ ਦੀਆਂ, ਕਿਸੇ ਵਹੀਕਲ ਦੀਆਂ ਜਿੰਨੀਆਂ ਵੀ ਲਾਈਟ, ਇੰਸਟਰੂਮੈਂਟ ਪੈਨਲ ਅਤੇ ਲਾਈਟਸ, ਸਾਰੀਆਂ ਨੂੰ ਹੀ ਇਲੈਕਟ੍ਰੀਕਲ ਪਾਵਰ ਦੀ ਜ਼ਰੂਰਤ ਹੈ। ਵਿੰਡ ਸਕਰੀਨ ਵਾਈਪਰਸ, ਪਾਵਰ ਸਟੇਅਰਿੰਗ ਐਂਡ ਪਾਵਰ ਵਿੰਡੋਜ਼, ਫਿਊਲ ਫੀਡ ਪੰਪ, ਵੇਰੀਅਸ ਗੇਜਿਸ ਸੱਚ ਐਜ ਫਿਊਲ ਗੇਜਿਸ, ਟੈਂਪਰੇਚਰ ਗੇਜਿਸ, ਆਇਲ ਪ੍ਰੈਸ਼ਰ ਗੇਜਿਸ, ਸਪੀਡੋਮੀਟਰ ਐਂਡ ਓਡੋਮੀਟਰ, ਹੀਟਰ, ਹੋਰਨ, ਏਅਰ ਕੰਡੀਸ਼ਨਰ, ਰੇਡੀਓ, ਫੈਨ, ਐਕਸੈਟਰਾ। ਸੋ ਇਹ ਇੱਕ ਛੋਟੀ ਜਿਹੀ ਲਿਸਟ ਹੈ ਜਿੱਥੇ ਸਾਨੂੰ ਇਲੈਕਟ੍ਰੀਸਿਟੀ ਦੀ ਰਿਕੁਆਇਰਮੈਂਟ ਹੈ ਕਿਸੇ ਵਹੀਕਲ ਦੇ ਵਿੱਚ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸੈਂਸਰਸ, ECU, ਹੋਰ ਵੀ ਕਈ ਤਰ੍ਹਾਂ ਦੇ ਇਲੈਕਟ੍ਰੋਨਿਕ ਇਕਿਪਮੈਂਟਸ ਦੇ ਵਿੱਚ ਸਾਨੂੰ ਇਲੈਕਟ੍ਰੀਸਿਟੀ ਦੀ ਜ਼ਰੂਰਤ ਪੈਂਦੀ ਹੈ ਇੱਕ ਵਹੀਕਲ ਦੇ ਵਿੱਚ।
नेक्स्ट टॉपिक है ऑटोमोटिव इलेक्ट्रिकल सिस्टम। द ऑटो इलेक्ट्रिकल सिस्टम हैज़ वेरियस इलेक्ट्रिकल इक्विपमेंट्स एंड वायर्स एंड सर्व द फॉलोइंग पर्पसेस। के पर्पस की है ऑटोमोटिव इलेक्ट्रिकल सिस्टम का, आप क्यों यूज कर रहे हैं। सब तो फर्स्ट पॉइंट, टू जनरेट द इलेक्ट्रिसिटी फॉर चार्जिंग ऑफ बैटरी। हरेक कार दे विच, हरेक टू व्हीलर दे विच, फोर व्हीलर दे विच बैटरी होंगी है। सो अगर आप उस बैटरी नूं चार्ज नहीं करांगे तो वह आप किस तरह काम करेगा। सो उसनों चार्ज करने दे लिए एक इलेक्ट्रिकल सिस्टम की जरूरत पैंदी है। सैकेंड पॉइंट, टू सप्लाई करंट टू स्टार्टिंग मोटर फॉर क्रैंकिंग। हरेक वहीकल दे विच एक स्टार्टर रोटर मोटर लगी होंगी है जो कि करती है क्रैंकिंग करती है, यानी कि वहीकल नूं स्टार्ट करने दे विच हेल्प करती है ता जो वह अपनी पावर के उपर चल सके। टू चेंज टू चार्ज द बैटरी एंड सप्लाई द करंट टू वेरियस यूनिट ऑफ ऑटोमोबाइल। टू सप्लाई करंट टू द लाइटनिंग सिस्टम फॉर ऑपरेशन ऑफ हेडलाइट एंड डिफरेंट टाइप्स ऑफ लाइट लाइक फॉग लाइट, टेल लाइट्स एक्सेट्रा। टू सप्लाई करंट टू द इग्निशन कॉयल फॉर फ्यूल इग्निशन इन पेट्रोल इंजन। टू सप्लाई करंट टू वेरियस अदर इलेक्ट्रिकल एक्सेसरीज। टू सप्लाई करंट टू हॉर्न वाइपर मीटर गेज एंड डिफरेंट टाइप ऑफ एक्सेसरी। सो अगर ओवरऑल गल करिए, इलेक्ट्रिकल सिस्टम एक मेजर रोल अप्लाई करता है एक वहीकल दे विच। वहीकल नू स्टार्ट करन तो लैके स्पार्क प्लग दी इग्निशन तो लैके कार दे डिफरेंट डिफरेंट लाइटनिंग सिस्टम, डिफरेंट डिफरेंट कंपोनेंट्स ਅਤੇ ਡਿਫਰੈਂਟ ਡਿਫਰੈਂਟ ਸੈਂਸਰਸ ਨੂੰ ਰਨ ਕਰਨ ਦੇ ਲਈ ਆਟੋਮੋਟਿਵ ਇਲੈਕਟ੍ਰੀਕਲ ਸਿਸਟਮ ਮਸਟ ਹੈ। ਸੋ ਇੱਕ ਮੇਜਰ ਰੋਲ ਅਦਾ ਕਰਦਾ ਹੈ ਆਟੋਮੋਟਿਵ ਇਲੈਕਟ੍ਰੀਕਲ ਸਿਸਟਮ। ਇੱਕ ਲਾਈਨ ਡਾਇਗਰਾਮ ਹੈ ਟਿਪੀਕਲ ਆਟੋਮੋਟਿਵ ਇਲੈਕਟ੍ਰਿਕ ਸਿਸਟਮ ਦੀ, ਜਿਹਦੇ ਵਿੱਚ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ ਟੋਟਲ 6 ਡਿਫਰੈਂਟ ਸਿਸਟਮ ਦੇ ਵਿੱਚ। ਫਸਟ ਸਿਸਟਮ ਹੈ ਸਟਾਰਟਿੰਗ ਮੋਟਰ ਸਿਸਟਮ, ਜਿਹਦੇ ਵਿੱਚ ਆਪਾਂ ਇੱਕ ਵਹੀਕਲ ਨੂੰ ਸਟਾਰਟ ਕਰਨ ਦੇ ਲਈ ਕਿਹੜੇ ਕਿਹੜੇ ਪਾਰਟਸ, ਕਿਹੜੇ ਕਿਹੜੇ ਇਕਵਿਪਮੈਂਟਸ ਦੀ ਜ਼ਰੂਰਤ ਪੈਂਦੀ ਹੈ। ਸਭ ਤੋਂ ਫਸਟ ਹੈ ਮੋਟਰ, ਡਰਾਈਵ ਅਸੈਂਬਲੀ ਐਂਡ ਸਵਿੱਚ। ਸੈਕਿੰਡ ਹੈ ਇਗਨੀਸ਼ਨ ਸਿਸਟਮ, ਫਿਊਲ ਨੂੰ ਇਗਨਾਈਟ ਕਰਨ ਦੇ ਲਈ ਕਿਹੜੇ ਕਿਹੜੇ ਪਾਰਟਸ ਚਾਹੀਦੇ ਨੇ, ਇਗਨੀਸ਼ਨ ਕੋਇਲ, ਡਿਸਟ੍ਰੀਬਿਊਟਰ ਐਂਡ ਸਪਾਰਕ ਪਲੱਗ। ਥਰਡ ਹੈ ਚਾਰਜਿੰਗ ਸਿਸਟਮ, ਕਿ ਵਹੀਕਲ ਦੀ ਬੈਟਰੀ ਨੂੰ ਚਾਰਜ ਕਰਨ ਦੇ ਲਈ ਆਪਾਂ ਨੂੰ ਕਿਹੜੇ ਕਿਹੜੇ ਇਕਵਿਪਮੈਂਟਸ ਦੀ ਜ਼ਰੂਰਤ ਪੈਂਦੀ ਹੈ। ਫਸਟ ਹੈ ਆਊਟਪੁੱਟ, ਰੈਗੂਲੇਟਰ, ਡਾਇਨਮੋ ਔਰ ਅਲਟਰਨੇਟਰ। ਇਸੇ ਤਰ੍ਹਾਂ ਲਾਈਟ ਸਿਸਟਮ, ਡਿਫਰੈਂਟ ਤਰ੍ਹਾਂ ਦੀਆਂ ਲਾਈਟਸ ਨੇ ਸਾਰੀਆਂ, ਟੇਲ ਲਾਈਟ, ਹੈੱਡਲਾਈਟ, ਫੋਗ ਲਾਈਟਸ। ਇੰਸਟਰੂਮੈਂਟ ਸਿਸਟਮ, ਜਿੰਨੇ ਵੀ ਡੈਸ਼ਬੋਰਡ ਦੇ ਉੱਪਰ, ਇੰਸਟਰੂਮੈਂਟ ਕਲੱਸਟਰ ਦੇ ਉੱਪਰ ਡਿਫਰੈਂਟ ਡਿਫਰੈਂਟ ਟਾਈਪਸ ਦੇ ਸੈਂਸਰਸ, ਇੰਸਟਰੂਮੈਂਟਸ, ਗੇਜਸ ਦਿੱਤੀਆਂ ਹੋਈਆਂ, ਉਹ ਸਾਰੀਆਂ ਇਹਦੇ ਵਿੱਚ ਹਨ। ਅਤੇ ਲਾਸਟ ਦੇ ਵਿੱਚ ਸਿਸਟਮ ਆਫ ਅਸੈਸਰੀ। ਇਸ ਤੋਂ ਇਲਾਵਾ ਹਰੇਕ ਵਹੀਕਲ ਦੇ ਵਿੱਚ ਇਹ ਅਸੈਸਰੀਜ਼ ਵੇਰੀ ਕਰ ਸਕਦੀਆਂ, ਫੋਰ ਐਗਜ਼ਾਮਪਲ ਏ ਸੀ, ਹੀਟਰ, ਕਨਵਰਟੀਬਲ ਰੂਫ, ਪਾਵਰ ਵਿੰਡੋ, ਪਾਵਰ ਸੀਟਸ ਐਕਸੈਕਟਰਾ। ਸੋ ਇਹ ਏ ਟੂ ਲੈ ਕੇ ਜ਼ੈਡ ਤੱਕ ਜਿੰਨੇ ਵੀ ਆਪਾਂ ਇੱਥੇ ਰੀਡ ਕਰ ਰਹੇ ਹਾਂ ਇਕਵਿਪਮੈਂਟਸ, ਇਹ ਸਾਰਿਆਂ ਦੇ ਲਈ ਇਲੈਕਟ੍ਰਿਕ ਪਾਵਰ ਦੀ ਜ਼ਰੂਰਤ ਪੈਂਦੀ ਹੈ। ਸੋ ਨੈਕਸਟ ਹੈ ਸਾਡਾ ਬੇਸਿਕ ਸਰਕਟ ਆਫ ਆਟੋਮੋਟਿਵ ਇਲੈਕਟ੍ਰੀਕਲ ਸਿਸਟਮ। ਇਹਦੇ ਵਿੱਚ ਆਪਾਂ ਇਹਨੂੰ ਟੋਟਲ 4 ਪਾਰਟਸ ਦੇ ਵਿੱਚ ਓਵਰਆਲ ਡਿਵਾਈਡ ਕਰਦੇ ਹਾਂ। ਜਨਰੇਟਰ ਸਰਕਟ, ਔਰ ਜਿਹਨੂੰ ਚਾਰਜਿੰਗ ਸਰਕਟ ਵੀ ਕਹਿੰਦੇ ਹਨ, ਸਟਾਰਟਿੰਗ ਸਰਕਟ, ਇਗਨੀਸ਼ਨ ਸਰਕਟ ਐਂਡ ਲਾਈਟਿੰਗ ਸਰਕਟ। ਜਨਰੇਟਰ ਸਰਕਟ ਔਰ ਚਾਰਜਿੰਗ ਸਰਕਟ ਕੀ ਹੈ, ਜਿਹਦੇ ਵਿੱਚ ਬੈਟਰੀ, ਅਲਟਰਨੇਟਰ, ਡਾਇਨਮੋ, ਰੈਗੂਲੇਟਰ ਐਂਡ ਰਿਲੇ ਕੰਪੋਨੈਂਟਸ ਆਉਂਦੇ ਨੇ। ਇਹ ਕੰਪੋਨੈਂਟਸ ਕੀ ਕਰਦੇ ਨੇ, ਚਾਰਜਿੰਗ ਸਰਕਟ ਨਾਮ ਤੋਂ ਹੀ ਕਲੀਅਰ ਹੈ, ਇਹ ਚਾਰਜਿੰਗ ਪ੍ਰੋਵਾਈਡ ਕਰਦੇ ਨੇ ਪਲੱਸ ਇਲੈਕਟ੍ਰੀਸਿਟੀ, ਇਲੈਕਟ੍ਰੀਕਲ ਪਾਵਰ ਪ੍ਰੋਵਾਈਡ ਕਰਦੇ ਨੇ ਡਿਫਰੈਂਟ ਡਿਫਰੈਂਟ ਹੋਰ ਕੰਪੋਨੈਂਟਸ ਨੂੰ ਵਹੀਕਲ ਦੇ ਵਿੱਚ ਜਿਹੜੇ ਲੱਗੇ ਹੋਏ ਨੇ। Starting circuit has battery, starting motor, wiring and switches. Starting circuit ਦੇ ਵਿੱਚ ਕਿਹੜੇ ਇਕਵਿਪਮੈਂਟਸ ਨੇ ਜੋ ਇੱਕ ਵਹੀਕਲ ਨੂੰ ਸਟਾਰਟ ਕਰਨ ਦੇ ਵਿੱਚ ਹੈਲਪ ਕਰਦੇ ਨੇ, ਜਿਸ ਤਰ੍ਹਾਂ ਬੈਟਰੀ ਹੈ, ਸਟਾਰਟਿੰਗ ਮੋਟਰ ਹੈ, ਵਾਇਰਿੰਗ ਐਂਡ ਡਿਫਰੈਂਟ ਟਾਈਪ ਆਫ ਸਵਿਚਸ।
नेक्स्ट है थर्ड इग्निशन सर्किट। इग्निशन सर्किट, इग्निशन का मतलब की है किसी सिलेंडर दे विच फ्यूल नू इग्नाइट करना, बर्न करना। सो अगर एक व्हीकल फोर व्हीलर की गल करिए, अगर फोर सिलेंडर्स ने, सो फोर स्पार्क प्लग्स लगे होंगे पेट्रोल इंजन दे विच। सो उन्हों किस तरह इग्नाइट करना है, कि वह डिस्ट्रीब्यूशन होएगी, ये सारा कुछ इग्निशन सर्किट के जो कंपोनेंट्स ने वो करते हैं, जिस तरह डिस्ट्रीब्यूटर है, स्पार्क प्लग है एंड डिफरेंट टाइप ऑफ वायरिंग्स। लाइटनिंग सर्किट के विच जिन्हिया भी एक व्हीकल दे विच लाइट्स ने, गेजिस दी लाइट्स ने, वो सारिया इस सिस्टम के अंडर आदि ने। ये जिन्हें भी तरह के अपना चार तरह के सर्किट्स की गल की है, ये सारे ऑल दी सर्किट्स आर कनैक्टेड टू दी बैटरी। सारे डिफरेंट डिफरेंट वायरिंग हॉर्नेस के नाल बैटरीज नाल जुड़े हुए हैं। द जनरेटिंग सर्किट इज कनैक्टेड टू वन एंड ऑफ द एमीटर। इग्निशन एंड लाइटिंग सर्किट आर कनैक्टेड टू द सेम साइड ऑफ एमीटर एज द जनरेटर। स्टार्टिंग सर्किट और क्रैंकिंग सर्किट इज डायरेक्टली कनेक्टेड टू बैटरी टू प्रोवाइड हाई करंट फॉर स्टार्टिंग मोटर। अगर आप जो व्हीकल सेल्फ मारते हैं या स्टार्ट करते हैं, उस टाइम एक बहुत ज़्यादा हाई पावर की जरूरत होती है। सो जो स्टार्टिंग सर्किट के इक्विपमेंट्स ने, कंपोनेंट्स ने, वो डायरेक्टली ही बैटरी के नाल कनेक्ट किए होते हैं। द मेन सर्किट एंड द अदर ब्रांच सर्किट लाइक रेडियो, गेजिस, मीटर, वाइपर एक्सेट्रा कैन ड्रा करंट डायरेक्टली फ्रॉम जनरेटर और डायरेक्टली फ्रॉम द बैटरी। जिस तरह आप देखते हैं, अगर आप कार नू स्टार्ट नहीं भी किया, किसी व्हीकल नहीं भी स्टार्ट किया, लाइट्स, रेडियो, म्यूजिक सिस्टम एक्सेट्रा ऑन हो जाते हैं। सो वो दोनों साइड से कनेक्ट होते हैं, बैटरी के नाल भी एंड जनरेटर के नाल भी। बैटरी ऑल्सो सप्लाईज एक्सट्रा करंट दैन जनरेटर एज रिक्वायर्ड बाय द वेरियस लोड ऑफ द इलेक्ट्रिकल सर्किट। बैटरी एक्स्ट्रा सप्लाई भी प्रोवाइड करती है अगर जरूरत पवे। सो एक डायग्राम है जिस दे विच डिफरेंट डिफरेंट तरह के इलेक्ट्रिकल कंपोनेंट्स एंड इलेक्ट्रॉनिक कंपोनेंट्स नू दिखाया गया है कि केड़ा कंपोनेंट कितने लगा हुआ है, जिस तरह वॉशर पंप, हीटर, स्टार्टर, अल्टरनेटर, डिस्ट्रीब्यूटर, हेडलैम्प एक्सेट्रा। सो तुसी देख सकते हो एक व्हीकल दे विच किन्नी डिफरेंट तरह के इलेक्ट्रिकल एंड इलेक्ट्रॉनिक इक्विपमेंट्स लगे हुए हैं। सो जिस तरह आप स्टार्टिंग दे विच भी गल की सी, आप चैप्टर नू दो पार्ट्स दे विच डिवाइड करांगे। फर्स्ट पार्ट होएगा इलेक्ट्रिकल इक्विपमेंट्स एंड कंपोनेंट्स ऑफ एंड देयर वर्किंग एंड एप्लीकेशंस। सेकेंड पार्ट है साडा इलेक्ट्रॉनिक डिवाइसेज एंड एप्लीकेशन। सो इलेक्ट्रिकल कंपोनेंट्स डिफरेंट ने, इलेक्ट्रॉनिक कंपोनेंट डिफरेंट्स ने। सो इलेक्ट्रॉनिक कंपोनेंट्स दे विच किया जाता है ECU, इलेक्ट्रिकल कंट्रोल यूनिट, इलेक्ट्रॉनिक कंट्रोल यूनिट। अजकल हरेक व्हीकल दे विच एक ECU लगा होंगे, आप उसनों हार्ट भी कह सकते हैं, जो A to Z जिन्हें भी इलेक्ट्रॉनिक डिवाइस ने वो सारिया कंट्रोल करता है। इस तो अलावा डिफरेंट तरह के सेंसर्स, चिप्स, कम्युनिकेशन डिवाइस, जिन्या भी डिफरेंट तरह की लगिया होनगियां, वो सारे इलेक्ट्रॉनिक कंपोनेंट्स ने। वो अपना चैप्टर के नैक्सट पार्ट के डिस्कस करांगे। सो नैक्सट है साडा हुण फर्स्ट कंपोनेंट अल्टरनेटर। अल्टरनेटर वर्क्स विद द बैटरी टू जनरेट पावर फॉर द इलेक्ट्रिकल कंपोनेंट्स ऑफ ए व्हीकल लाइक इंटीरियर एंड एक्सटीरियर लाइट्स एंड द इंस्ट्रूमेंट पैनल। सो अल्टरनेटर की है, एक जनरेटर है सिंपल, जो पावर प्रोड्यूस करता है डिफरेंट टाइप ऑफ कंपोनेंट्स लिए जो एक व्हीकल दे विच लगे हुए हैं। एंड अल्टरनेटर गैट इट्स नेम फ्रॉम द टर्म अल्टरनेटिंग करंट। तो ये सारे पता ही है तुहानू, दो तरह के करंट होंगे ने, AC एंड DC। अल्टरनेटर AC करंट प्रोड्यूस करता है, उसनों बाद दे विच रेक्टिफायर दे मदद नाल DC दे विच कन्वर्ट कर दिता जाता है, क्योंकि व्हीकल के जिन्हें भी कंपोनेंट्स ने DC के उपर चलते हैं। द अल्टरनेटर जनरेट्स इलेक्ट्रिकल पावर टू रन असैसरीज एंड टू रिचार्ज द बैटरी। सो अल्टरनेटर की है,
ਇਲੈਕਟ੍ਰੀਕਲ ਪਾਵਰ ਪ੍ਰੋਡਿਊਸ ਕਰਦਾ ਹੈ ਮਕੈਨੀਕਲ ਪਾਵਰ ਤੋਂ, ਉਸ ਦੇ ਨਾਲ ਉਹ ਬੈਟਰੀ ਨੂੰ ਵੀ ਚਾਰਜ ਕਰਦਾ ਹੈ ਅਤੇ ਡਿਫਰੈਂਟ ਡਿਫਰੈਂਟ ਕੰਪੋਨੈਂਟਸ ਜੋ ਇਲੈਕਟ੍ਰੀਕਲ ਪਾਵਰ 'ਤੇ ਚੱਲਦੇ ਹਨ ਉਹਨਾਂ ਨੂੰ ਕਰੰਟ ਪ੍ਰੋਵਾਈਡ ਕਰਦਾ ਹੈ। ਸੋ ਮਕੈਨੀਕਲ ਪਾਵਰ ਨੂੰ ਇਲੈਕਟ੍ਰੀਕਲ ਪਾਵਰ 'ਚ ਕਿਸ ਤਰ੍ਹਾਂ ਕਨਵਰਟ ਕਰਦਾ ਹੈ? ਇਟ ਇਜ਼ ਨੋਰਮਲੀ ਡਰਿਵਨ ਬਾਏ ਦੀ ਬੈਲਟ ਲੋਕੇਟਡ ਆਫ ਦੀ ਕ੍ਰੈਂਕ ਸ਼ਾਫਟ। ਸੋ ਇਹ ਕ੍ਰੈਂਕ ਸ਼ਾਫਟ ਦੇ ਨਾਲ ਇੱਕ ਬੈਲਟ ਦੇ ਨਾਲ ਅਟੈਚ ਹੁੰਦਾ ਹੈ। ਸੋ ਉਸ ਦੇ ਨਾਲ ਇਹ ਇੱਕ ਇਲੈਕਟ੍ਰੀਕਲ ਮਕੈਨੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਵਿੱਚ ਕਨਵਰਟ ਕਰਦਾ ਹੈ। ਸੋ ਅਲਟਰਨੇਟਰ ਦੀ ਡਿਟੇਲ ਡਾਇਗ੍ਰਾਮ ਵਰਕਿੰਗ ਆਪਾਂ ਥਰਡ ਚੈਪਟਰ ਦੇ ਵਿੱਚ ਰੀਡ ਕਰਾਂਗੇ। ਸੋ ਸੈਕਿੰਡ ਜਿਹੜਾ ਕੰਪੋਨੈਂਟ ਹੈ ਉਹ ਹੈ ਸਟਾਰਟਰ ਮੋਟਰ। ਸਟਾਰਟਰ ਮੋਟਰ ਆਲਸੋ ਕਾਲਡ ਕ੍ਰੈਂਕਿੰਗ ਮੋਟਰ, ਇਟ ਇਜ਼ ਅ ਡਿਵਾਈਸ ਯੂਜ ਟੂ ਰੋਟੇਟ ਕ੍ਰੈਂਕ ਆਫ ਐਨ ਇੰਟਰਨਲ ਕੰਬਸਚਨ ਇੰਜਨ ਸੋ ਐਜ਼ ਟੂ ਇਨੀਸ਼ੀਏਟ ਦੀ ਇੰਜਨਸ ਓਪਰੇਸ਼ਨ ਅੰਡਰ ਇਟਸ ਓਨ ਪਾਵਰ। ਸੋ ਸਟਾਰਟਰ ਮੋਟਰ ਕੀ ਕਰਦੀ ਹੈ? ਇੰਜਨ ਨੂੰ ਕ੍ਰੈਂਕਿੰਗ ਪ੍ਰੋਵਾਈਡ ਕਰਦੀ ਹੈ। ਕ੍ਰੈਂਕਿੰਗ ਮੀਨਸ ਇੰਜਨ ਨੂੰ ਇਨੀਸ਼ੀਅਲ ਪੁਸ਼ ਪ੍ਰੋਵਾਈਡ ਕਰਦੀ ਹੈ ਤਾਂ ਜੋ ਉਹ ਆਪਣੀ ਪਾਵਰ ਦੇ ਉੱਪਰ ਚੱਲ ਸਕੇ। ਇਟ ਕੰਸਿਸਟ ਆਫ ਏ ਪਾਵਰਫੁਲ ਡੀਸੀ ਕਰੰਟ ਇਲੈਕਟ੍ਰਿਕ ਮੋਟਰ ਐਂਡ ਦੀ ਸਟਾਰਟਰ ਸੋਲੀਨੋਇਡ ਦੈਟ ਇਜ਼ ਅਟੈਚ ਟੂ ਦੀ ਮੋਟਰ। ਸੋ ਥਰਡ ਇਲੈਕਟ੍ਰੀਕਲ ਜਿਹੜਾ ਮੇਨ ਕੰਪੋਨੈਂਟ ਹੈ ਉਹ ਹੈ ਬੈਟਰੀ। ਇਟ ਸਪਲਾਈਜ ਪਾਵਰ ਟੂ ਸਟਾਰਟ ਦੀ ਕਾਰ। ਬੈਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਰੇਕ ਕਾਰ ਦੇ ਵਿੱਚ ਲੱਗੀ ਹੁੰਦੀ ਹੈ, ਜੋ ਡਿਫਰੈਂਟ ਡਿਫਰੈਂਟ ਇਲੈਕਟ੍ਰੀਕਲ ਇਕਵਿਪਮੈਂਟਸ ਨੇ ਉਹਨਾਂ ਨੂੰ ਇਲੈਕਟ੍ਰੀਕਲ એનર્ਜੀ ਪ੍ਰੋਵਾਈਡ ਕਰਦੀ ਹੈ। ਇਸ ਤੋਂ ਇਲਾਵਾ ਨੈਕਸਟ ਕੰਪੋਨੈਂਟ ਹੈ ਕੂਲਿੰਗ ਫੈਨਸ। ਰੇਡੀਏਟਰ ਦਾ ਕੰਮ ਕੀ ਹੈ? ਇੱਕ ਵਹੀਕਲ ਦੇ ਇੰਜਨ ਨੂੰ ਕੂਲ ਡਾਊਨ ਕਰਨਾ। ਸੋ ਕੂਲਿੰਗ ਫੈਨ ਅੱਜ ਤੋਂ ਕਾਫੀ ਟਾਈਮ ਪਹਿਲਾਂ ਮੈਨੂਅਲੀ ਵਰਕ ਕਰਦੇ ਸੀ, ਲੇਕਿਨ ਅੱਜ ਕੱਲ੍ਹ ਉਹ ਵੀ ਸਾਰੇ ਇਲੈਕਟ੍ਰੋਨਿਕਲੀ ਕੰਟਰੋਲਡ ਆ ਰਹੇ ਨੇ। ਸੋ ਥਰਮੋਸਟੈਟ ਦੀ ਹੈਲਪ ਦੇ ਨਾਲ ਜਦੋਂ ਸਾਨੂੰ ਹੀਟ ਰਿਡਿਊਸ ਕਰਨੀ ਹੋਵੇ ਆਟੋਮੈਟਿਕਲੀ ਇਲੈਕਟ੍ਰੀਕਲ એનર્ਜੀ ਦੇ ਨਾਲ ਕੂਲਿੰਗ ਫੈਨ ਔਨ ਹੋ ਜਾਂਦਾ ਹੈ। ਐਂਡ ਲਾਈਟਿੰਗ ਸਿਸਟਮ, ਇਹ ਤੁਹਾਨੂੰ ਪਤਾ ਹੀ ਹੈ, ਜਿੰਨੀ ਵੀ ਲਾਈਟਿੰਗ ਸਿਸਟਮ ਹੈ ਸਾਰੀ ਇਲੈਕਟ੍ਰੀਕਲ ਪਾਵਰਸ ਦੇ ਨਾਲ ਚੱਲਦੀ ਹੈ। ਸੋ ਸਾਡਾ ਲਾਸਟ ਇਕਵਿਪਮੈਂਟ ਹੈ ਔਰ ਕੀ ਕੰਪੋਨੈਂਟ ਹੈ, ਵਾਇਰਿੰਗ ਹਾਰਨੈਸ। ਵਾਇਰਿੰਗ ਹਾਰਨੈਸ ਕੀ ਹੈ? ਇਟ ਇਜ਼ ਅ ਬੰਡਲ ਆਫ ਵਾਇਰਸ ਐਨਕਲੋਜ਼ਡ ਇਨ ਏ ਪਲਾਸਟਿਕ ਕਵਰ ਐਂਡ ਰੂਟਡ ਟੂ ਵੇਰੀਅਸ ਏਰੀਆਜ਼ ਆਫ ਦੀ ਵਹੀਕਲ। Most wiring harness end in plug-in connectors. So wiring harness ki hai different different components se li wires nu ek enclosed area de vich cover up kar liya, us de end te connectors lagate ge taan jo agar kise equipment de vich koi problem aandi hai so sanu battery to leke us equipment tak puri wire change karan di zarurat na pave। ਵਾਇਰਿੰਗ ਨੂੰ ਡਿਫਰੈਂਟ ਡਿਫਰੈਂਟ ਕਲਰ ਕੋਡ ਦੇ ਤੇ ਕਿ ਇਹ ਕਲਰ ਕੋਡਸ ਆਪਾਂ ਆਉਣ ਵਾਲੇ ਲੈਕਚਰਸ ਦੇ ਵਿੱਚ ਸਟੱਡੀ ਕਰਾਂਗੇ। ਸੋ ਕਲਰ ਕੋਡਸ ਦੇ ਤੇ ਕਿ ਉਹਨਾਂ ਦੇ ਸਾਹਮਣੇ ਕਨੈਕਟਰਸ ਲਗਾ ਤੇ ਗਏ। ਸੋ ਫੋਰ ਐਗਜ਼ਾਮਪਲ ਅਗਰ ਇੱਕ ਹੈੱਡਲਾਈਟ ਨੂੰ ਵਾਇਰ ਜਗਾ ਜਾ ਰਹੀ ਹੈ ਉੱਥੇ ਕਨੈਕਟਰ ਲੱਗਾ ਹੋਇਆ, ਫੋਰ ਐਗਜ਼ਾਮਪਲ ਇੱਕ ਹੈੱਡਲਾਈਟ ਖਰਾਬ ਹੋ ਜਾਂਦੀ ਹੈ ਅਤੇ ਆਪਾਂ ਹੈੱਡਲਾਈਟ ਨੂੰ ਰਿਮੂਵ ਕਰ ਦਾਂਗੇ, ਈਜ਼ੀਲੀ ਕਨੈਕਟਰ ਨੂੰ ਰਿਮੂਵ ਕਰ ਦਾਂਗੇ, ਨਵੀਂ ਹੈੱਡਲਾਈਟ ਲਗਾ ਦਾਂਗੇ ਐਂਡ ਵਾਇਰ ਦੇ ਨਾਲ ਕਨੈਕਟ ਕਰ ਦਾਂਗੇ। ਸੋ ਰਿਪਲੇਸਮੈਂਟ ਈਜ਼ੀ ਹੋ ਗਈ ਐਂਡ ਰੈਕਟੀਫਿਕੇਸ਼ਨ, ਅਗਰ ਕੋਈ ਵਾਇਰਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਸਨੂੰ ਰੈਕਟੀਫਾਈ ਕਰਨਾ ਈਜ਼ੀ ਹੋ ਗਿਆ ਕਿਉਂਕਿ ਸਾਰੀ ਵਾਇਰਸ ਇੱਕ ਇਨਕਲੋਜ਼ਡ ਸਪੇਸ ਦੇ ਵਿੱਚ ਆ ਗਈ। ਸੋ ਥਾਊਜ਼ੰਡ ਆਫ ਫੀਟਸ ਆਫ ਵਾਇਰ ਐਂਡ ਕੇਬਲ ਆਰ ਯੂਜ਼ਡ ਇਨ ਕੰਪਲੀਟ ਇਲੈਕਟ੍ਰੀਕਲ ਸਿਸਟਮ ਆਫ ਏ ਵਹੀਕਲ। ਦਿਸ ਵਾਇਰਿੰਗ ਲੇਆਊਟ ਇਜ਼ ਵੈਰੀ ਕੋਸਟਲੀ ਐਂਡ ਕੰਪਲੈਕਸ। ਸੋ ਇਸ ਕੰਪਲੈਕਸਿਟੀ ਨੂੰ ਹਿਲਾਉਣ ਦੇ ਖਤਮ ਕਰਨ ਦੇ ਲਈ ਆਪਾਂ ਨੂੰ ਵਾਇਰਿੰਗ ਹਾਰਨੈਸ ਲਿਆਉਣਾ ਪਿਆ। ਦਿਸ ਵਾਇਰਿੰਗ ਮਸਟ ਪਰਫੋਰਮ ਅੰਡਰ ਵੈਰੀ ਪੂਅਰ ਐਂਡ ਵਰਕਿੰਗ ਕੰਡੀਸ਼ਨ ਲਾਈਕ ਹੀਟ ਐਂਡ ਵਾਈਬ੍ਰੇਸ਼ਨ। ਸੋ ਵਾਇਰਿੰਗ ਹਾਰਨੈਸ ਦੇ ਆਉਣ ਨਾਲ ਇਹ ਕੰਪਲੈਕਸਿਟੀ ਨੂੰ ਰਿਮੂਵ ਕੀਤਾ ਗਿਆ, ਪਲੱਸ ਜਿੰਨੇ ਵੀ ਇਲੈਕਟ੍ਰੀਕਲ ਪਾਰਟਸ ਨੇ ਉਹਨਾਂ ਦੀ ਰਿਪਲੇਸਮੈਂਟ ਬਹੁਤ ਈਜ਼ੀ ਹੋ ਗਈ। ਸੋ ਇਹ ਸੀਗਾ ਤੁਹਾਡਾ ਫਸਟ ਲੈਕਚਰ। ਅਗਰ ਤੁਹਾਡੀ ਕੋਈ ਵੀ ਕਿਊਰੀ ਹੈ ਤੁਸੀਂ ਮੈਨੂੰ ਰਿਸਪੋਂਸ ਕਰਨਾ ਹੈ, ਤੁਹਾਡੀ ਕਿਊਰੀ ਦਾ ਤੁਹਾਨੂੰ ਆਂਸਰ ਮਿਲ ਜਾਏਗਾ। ਅਤੇ ਆਉਣ ਵਾਲੇ ਲੈਕਚਰਸ ਦੇ ਵਿੱਚ ਆਪਾਂ ਹੁਣ ਸਟਾਰਟ ਕਰਾਂਗੇ ਇਲੈਕਟ੍ਰੋਨਿਕ ਇਕਵਿਪਮੈਂਟਸ। ਅੱਜ ਆਪਾਂ ਸਟੱਡੀ ਕੀਤਾ ਇਲੈਕਟ੍ਰੀਕਲ ਇਕਵਿਪਮੈਂਟਸ, ਆਉਣ ਵਾਲੇ ਲੈਕਚਰ ਦੇ ਵਿੱਚ ਆਪਾਂ ਇਲੈਕਟ੍ਰੋਨਿਕ ਇਕਵਿਪਮੈਂਟ ਬਾਰੇ ਸਟੱਡੀ ਕਰਾਂਗੇ। ਥੈਂਕ ਯੂ।